ਚਾਹੇ ਉਹ ਅਸਲੀ ਰਸਗੁੱਲਾ ਹੋਵੇ ਜਾਂ ਉਤੇਜਕ ਸੀਤਾ ਭੋਗ ਤੇ ਮਹੀਦਾਨਾ। ਬੰਗਾਲ ਦੀ ਧਰਤੀ ਦੀ ਮਿਠਾਸ ਦਿਲ ਨੂੰ ਛੂ ਲੈਂਦੀ ਹੈ। ਇਸ ਦੇ ਨਾਲ ਮਿਠਾਈ ਦੀ ਥਾਲੀ 'ਚ ਜੋ ਚੀਜ਼ ਪਰੋਸੀ ਜਾਂਦੀ ਹੈ ਉਹ ਬਾਬਰ ਸ਼ਾਹ ਹੈ। ਪਰ ਜਿਹੜੇ ਲੋਕ ਖੀਰ ਪਈ ਨਹੀਂ ਗਏ ਹਨ ਉਹਨਾਂ ਨੂੰ ਇਸ ਮਿਠਾਈ ਬਾਰੇ ਕਿਵੇਂ ਪਤਾ ਹੋਵੇਗਾ? ਆਓ ਅਸੀਂ ਤੁਹਾਨੂੰ ਬਾਬਰ ਸ਼ਾਹ ਦੀ ਧਰਤੀ 'ਤੇ ਲੈ ਚੱਲਦੇ ਹਾਂ ਅਤੇ ਕੁਛ ਮਿਠਾਸ ਮਹਿਸੂਸ ਕਰਾਉਂਦੇ ਹਾਂ। मैं यह मठियाई पहली बार खा रहा हाँ। पछमी मेदिनीपुर तो इस विशेष मठियाई बारे बहुत कुछ सुनिया सी, पर पहला कदे इसका स्वाद चख्या नहीं सी। इसका स्वाद शानदार है। मिठाई की दुकान का मालिक भी बहुत दिलचस्प ते ध्यान नाल बाबर शाह नूं तैयार करते हैं। आओ जानते हाँ किवें बनता है बाबर शाह। ਬਾਬਰ ਸ਼ਾਹ ਵਿੱਚ ਮੁੱਖ ਤੌਰ 'ਤੇ ਡਾਲਡਾ ਆਟਾ, ਦੁੱਧ, ਘਿਓ, ਪਾਣੀ, ਖੰਡ ਦੀ ਚਾਸ਼ਨੀ ਅਤੇ ਸ਼ਹਿਦ ਨਾਲ ਮਿਲ ਕੇ ਬਣਦਾ ਹੈ। ਪਹਿਲਾਂ ਡਾਲਡਾ ਅਤੇ ਆਟਾ ਗੁੰਨਿਆ ਜਾਂਦਾ ਹੈ, ਫਿਰ ਇਸ ਵਿੱਚ ਪਾਣੀ ਅਤੇ ਦੁੱਧ ਮਿਲਾਇਆ ਜਾਂਦਾ ਹੈ। ਜਦੋਂ ਮਿਸ਼ਰਨ ਤਿਆਰ ਹੋ ਜਾਵੇ ਤਾਂ ਇਸ ਮਗਰੋਂ ਇਸ ਨੂੰ ਟੁਕੜਿਆਂ ਵਿੱਚ ਕੱਟ ਕੇ ਹੌਲੀ ਹੌਲੀ ਘਿਓ ਵਿੱਚ ਪਾਇਆ ਜਾਂਦਾ ਹੈ। ਅੰਤ ਵਿੱਚ ਤਲੇ ਹੋਏ ਟੁਕੜੇ ਸ਼ਹਿਦ ਜਾਂ ਚੀਨੀ ਦੀ ਚਾਸ਼ਨੀ ਵਿੱਚ ਪਾਏ ਜਾਂਦੇ ਹਨ। ਬਾਬਰ ਸ਼ਾਹ ਦੇ ਵਿਕਾਸ ਦੇ ਬਾਰੇ ਬਹੁਤ ਸਾਰੀ ਕਹਾਣੀਆਂ ਮਸ਼ਹੂਰ ਹਨ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਮਿਠਾਈ ਦਾ ਨਾਂ ਇੱਕ ਅੰਗਰੇਜ਼ ਅਧਿਕਾਰੀ ਐਡਵਰ ਬਾਬਰ ਦੇ ਨਾਂ 'ਤੇ ਰੱਖਿਆ ਗਿਆ। ਬਾਕੀ ਲੋਕ ਕਹਿੰਦੇ ਹਨ ਕਿ ਬਾਬਰ ਨਾਂ ਮੁਗਲ ਪਾਤਸ਼ਾਹ ਬਾਬਰ ਤੋਂ ਲਿਆ ਗਿਆ ਹੈ। ਮੇਰੇ ਪਿਤਾ ਅਤੇ ਦਾਦਾ ਜੀ ਇਸ ਕਾਰੋਬਾਰ ਵਿੱਚ ਸਨ। ਉਹ ਬਾਬਰ ਸ਼ਾਹ ਬਣਾ ਕੇ ਵੇਚਦੇ ਸਨ, ਪਰ ਇਸ ਮਠਿਆਈ ਦੇ ਨਾਮ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹੈ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਬਾਦਸ਼ਾਹ ਬਾਬਰ ਦੇ ਕਰਨਲ ਨੇ ਇੱਥੇ ਡੇਰਾ ਲਾਇਆ ਹੋਇਆ ਸੀ ਅਤੇ ਇੱਥੇ ਹੀ ਆ ਕੇ ਰੁਕਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮਠਿਆਈ ਨੂੰ ਪਹਿਲਾਂ ਘਿਓ ਅਤੇ ਸ਼ਹਿਦ ਨਾਲ ਬਣਾਇਆ ਜਾਂਦਾ ਸੀ ਅਤੇ ਕਰਨਲ ਨੂੰ ਸ਼ੌਲ ਦੇ ਪੱਤਿਆਂ ਤੋਂ ਬਣੀ ਟੋਕਰੀ ਵਿੱਚ ਭੇਟ ਕੀਤਾ ਜਾਂਦਾ ਸੀ। ਉਸਨੇ ਇਸ ਮਠਿਆਈ ਦਾ ਸਵਾਦ ਚੱਖਿਆ ਅਤੇ ਇਸ ਨੂੰ ਆਪਣੇ ਬਾਦਸ਼ਾਹ ਦੇ ਨਾਂ 'ਤੇ ਰੱਖਿਆ। ਇੱਕ ਵਾਰ ਖੀਰ ਪਈ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਨੂੰ ਰੋਕਣ ਦੇ ਲਈ ਇੱਕ ਮਠਿਆਈ ਬਣਾਉਣ ਵਾਲੇ ਨੇ ਇਸ ਮਠਿਆਈ ਨੂੰ ਐਡਵਰਡ ਬਾਬਰ ਨਾਮ ਦੇ ਇੱਕ ਅੰਗਰੇਜ਼ ਨੂੰ ਭੇਟ ਕੀਤਾ ਅਤੇ ਇਸ ਤਰ੍ਹਾਂ ਮਠਿਆਈ ਨੂੰ ਇਸਦਾ ਨਾਮ ਮਿਲ ਗਿਆ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਚੱਖਣ ਤੋਂ ਬਾਅਦ ਬਾਬਰ ਸ਼ਾਹ ਦੀ ਪ੍ਰਸ਼ੰਸਾ ਕੀਤੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਥ ਸ਼ੰਕਰ ਰਾਏ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ। ਇੰਨੀ ਪ੍ਰਸ਼ੰਸਾ ਪ੍ਰਾਪਤ ਕਰਨ ਤੋਂ ਬਾਅਦ ਵੀ ਬਾਬਰ ਸ਼ਾਹ ਨੂੰ ਕਦੇ ਵੀ ਭੂਗੋਲਿਕ ਸੰਗੀਤ ਦਾ ਟੈਗ ਨਹੀਂ ਮਿਲਿਆ। ਮਿਠਾਈਆਂ ਦੀ ਦੁਕਾਨ ਦੇ ਮਾਲਕ ਅਤੇ ਨਿਰਮਾਤਾ ਇਸ ਵਿਲੱਖਣ ਮਿਠਾਈ ਨੂੰ ਪ੍ਰਦਰਸ਼ਿਤ ਕਰਨ ਲਈ ਕੋਈ ਸਰਕਾਰੀ ਸਹਾਇਤਾ ਨਾ ਮਿਲਣ ਤੇ ਅਫਸੋਸ ਕਰ ਰਹੇ ਹਨ। ਬਹੁਤ ਸਾਰੇ ਲੋਕ ਇਹ ਮਠਿਆਈ ਖੀਰ ਪਈ ਤੋਂ ਖਰੀਦਦੇ ਹਨ ਅਤੇ ਇਸ ਨੂੰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਲੈ ਜਾਂਦੇ ਹਨ, ਪਰ ਸਾਨੂੰ ਰਾਜ ਸਰਕਾਰ ਦੀ ਕੋਈ ਵੀ ਸਹਾਇਤਾ ਹੁਣ ਤੱਕ ਨਹੀਂ ਮਿਲੀ ਹੈ। ਪੱਛਮੀ ਬੰਗਾਲ ਤੇ ਭਾਰਤ ਦੀਆਂ ਭੂਗੋਲਿਕ ਸੀਮਾਵਾਂ ਨੂੰ ਪਾਰ ਕਰਦੇ ਹੋਏ ਬਾਬਰ ਸ਼ਾਹ ਕਈ ਪਲੇਟਾਂ ਤੇ ਪਹੁੰਚਦਾ ਹੈ। ਜਦੋਂ ਤੁਸੀਂ ਖੀਰ ਪਈ ਵਿੱਚ ਹੋ ਤਾਂ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਬਾਬਰ ਸ਼ਾਹ ਦਾ ਸਵਾਦ ਲੈ ਸਕਦੇ ਹੋ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.